ਲਓ ਜੀ ਦੋਸਤੋ, ਸਬਜ਼ੀਆਂ ਲਓ ਅਤੇ ਪੈਸੇ ਕਮਾਓ। ਸਾਨੂੰ ਕਿਸੇ ਦੋਸਤ ਨੇ ਦਿੱਤਾ ਸੀ ਮਸ਼ਵਰਾ ਅਤੇ ਅਸੀਂ ਲਗਾਈਆਂ ਸਬਜ਼ੀਆਂ, ਅਤੇ ਸਾਨੂੰ ਤਾਂ ਹੋਇਆ ਜੇ ਚੰਗਾ ਭਲਾ ਪ੍ਰੋਫਿਟ ਪਿਛਲੇ ਸਾਲ ਦਾ। ਅਤੇ ਐਤਕੀ ਅਸਾਂ ਫਿਰ ਲਗਾਈਆਂ ਨੇ, ਲੇਕਿਨ ਐਤਕੀ ਲਗਾਈਆਂ ਅਸੀਂ ਬੇਮੌਸਮੀਆਂ। ਇਹਦੇ ਵਿੱਚ ਇਹ ਵੇਖੇ ਉਹ ਕਹਿੰਦਾ ਇਹਦੇ 'ਚ ਤੁਹਾਨੂੰ ਉਹਦੇ ਨਾਲ ਵੀ ਜ਼ਿਆਦਾ ਫਾਇਦਾ ਹੋਏਗਾ। ਅਤੇ ਐਤਕੀ ਅਸੀਂ ਆਖਿਆ ਚਲੋ ਇਹ ਲਗਾ ਕੇ ਦੇਖ ਲੈਂਦੇ ਹਾਂ। ਐਤਕੀ 8 ਕਿੱਲੇ ਜਿਹੜੇ ਨੇ ਉਹ ਅਸਾਂ ਇਹ ਲਗਾਏ ਨੇ, ਅਤੇ 8 ਕਿੱਲਿਆਂ ਦੇ ਵਿੱਚ ਜਨਾਬ ਅਸਾਂ ਨੇ ਸਾਰੀ ਜਿਹੜੀ ਸਬਜ਼ੀ ਹੈ ਉਹ ਲਗਾਈ ਹੈ ਬੇਮੌਸਮੀ। ਠੀਕ ਹੈ, ਬੇਮੌਸਮੀ ਸਬਜ਼ੀ ਦਾ ਇਹ ਵੇ ਕਿ ਉਹ ਬਾਜ਼ਾਰ ਵਿੱਚ ਜ਼ਰਾ ਕੀਮਤ ਤੋਂ ਜ਼ਿਆਦਾ ਵਿਕਦੀ ਹੈ ਹਟ ਕੇ ਦੂਸਰੀ ਸਬਜ਼ੀ ਨਾਲੋਂ। ਜਿਸ ਤਰ੍ਹਾਂ ਆਲੂ ਅੱਜ ਕੱਲ੍ਹ ਸਸਤਾ ਹੋਇਆ, ਠੀਕ ਹੈ, ਅਤੇ ਜਦੋਂ ਇਹਨੇ ਗਰਮੀਆਂ 'ਚ ਜਾ ਕੇ ਸੇਲ ਹੋਣਾ ਅਤੇ ਇਹਨੇ ਸਟੋਰ ਕਰਕੇ ਲੋਕਾਂ ਵੇਚਣਾ ਅਤੇ ਉਹ ਮਹਿੰਗਾ ਵਿਕਣਾ, ਉਹ ਹਿਸਾਬ ਕਿਤਾਬ ਅਸੀਂ ਕੀਤਾ ਹੈ। ਵੇਖਦੇ ਹਾਂ ਉਹ ਦੋਸਤ ਦੀ ਕੀ ਰਾਏ, ਉਹਦੇ ਹਿਸਾਬ ਦੇ ਨਾਲ ਚੱਲੇ ਹਾਂ ਅਸੀਂ। ਲੇਕਿਨ ਪਿਛਲੀ ਦਫ਼ਾ ਤਾਂ ਸਾਨੂੰ ਅੱਛਾ ਖਾਸਾ ਪ੍ਰੋਫਿਟ ਹੋਇਆ ਸੀ। ਐਤਕੀ ਫਿਰ ਅਸੀਂ ਹੁਣ ਇਹ ਲਗਾਈਆਂ ਨੇ, ਅਤੇ ਦੇਖੋ ਇਹਦੇ 'ਚ ਕੀ ਗੱਲ ਬਣਦੀ ਹੈ। ਬਹਰਹਾਲ ਤੁਸੀਂ ਦੋਸਤ ਵੀ ਜਿਹੜੇ ਕੋਈ ਇਹਨਾਂ ਦੇ ਬਾਰੇ 'ਚ ਜਾਣਦੇ ਹੋ ਥੋੜ੍ਹਾ ਬਹੁਤਾ, ਸਾਨੂੰ ਇਹਦੇ ਬਾਰੇ 'ਚ ਕੋਈ ਰਾਏ ਦੇਣੀ ਹੈ ਤੁਸਾਂ ਕਿ ਇਹਨਾਂ ਨਾਲ ਕੀ ਕਰੀਏ, ਜਿਹੜਾ ਕੋਈ ਪ੍ਰੋਫਿਟ ਹੈ ਜ਼ਿਆਦਾ ਦੇਣ, ਕਿਹੜੀ ਖਾਦ ਜ਼ਿਆਦਾ ਯੂਜ਼ ਹੋਣੀ ਚਾਹੀਦੀ ਹੈ, ਜਾਂ ਕੀ ਇਹਦੇ ਵਿੱਚ ਅਸੀਂ ਕਰੀਏ ਤਾਂ ਜ਼ਿਆਦਾ ਜਿਹੜਾ ਸਾਨੂੰ ਪ੍ਰੋਫਿਟ ਮਿਲੇਗਾ। ਹਾਂਜੀ, ਅਤੇ ਇਹ ਮੈਂ ਤੁਹਾਨੂੰ ਸਾਰਾ ਦਿਖਾ ਰਿਹਾ, ਕੋਈ 4 ਕਿੱਲੇ ਇੱਧਰ ਤਾਂ ਕੋਈ 4 ਕਿੱਲੇ ਇੱਧਰ ਅਸਾਂ ਬੀਜੀ ਹੈ ਸਬਜ਼ੀ। 8 ਕਿੱਲੇ ਟੋਟਲ ਜਿਹੜੀ ਹੈ ਨਾ ਅਸੀਂ ਉਹ ਸਬਜ਼ੀ ਲਗਾਈ ਹੈ। ਅਤੇ ਤੁਸੀਂ ਇਹ ਵੇਖ ਸਾਨੂੰ ਆਪਣੀ ਰਾਏ ਤੋਂ ਅਗਾਹ ਕਰਨਾ ਕਿ ਕਿਹੜੀ ਚੀਜ਼ ਬਿਹਤਰ ਰਹੇਗੀ ਔਰ ਸਬਜ਼ੀ ਕਿਹੜੀ ਜ਼ਿਆਦਾ ਪ੍ਰੋਫਿਟ ਦਿੰਦੀ ਹੈ ਜਿਹੜੀ ਕਿ ਲਗਾ ਲਈਏ। ਅਤੇ ਸਾਡੇ ਕੋਲ ਜ਼ਮੀਨ ਹੋਰ ਜਿਹੜੀ ਪਈ, ਚਲੋ ਅਸੀਂ ਉਹਦੇ ਵਿੱਚ ਉਹ ਲਗਾ ਲਈਏ। ਇਹਦੇ ਵਿੱਚ ਆਹੀ ਜਿਹੜੀਆਂ ਸਬਜ਼ੀਆਂ ਹੁਣ ਲਗਾ ਦਿੱਤੀਆਂ ਨੇ ਬੇਮੌਸਮੀਆਂ, ਚਲੋ ਇਹ ਚੱਲਦੀਆਂ ਰਹਿਣ, ਗਰਮੀਆਂ ਵਿੱਚ ਇਹ ਸੇਲ ਹੋ ਜਾਣਗੀਆਂ, ਅਤੇ ਸਰਦੀਆਂ ਵਾਸਤੇ ਚਲੋ ਬੰਦਾ ਕੋਈ ਅੱਗੋਂ ਹੋਰ ਪਲੈਨ ਕਰ ਲੈਂਦਾ। ਅਤੇ ਤੁਹਾਡੇ ਲੋਕਾਂ ਤੋਂ ਇਹੀ ਗੁਜ਼ਾਰਿਸ਼ ਹੈ ਕਿ ਤੁਸੀਂ ਸਾਨੂੰ ਲਾਜ਼ਮੀ ਦੱਸਣਾ ਵੇ ਕਿਹੜੀਆਂ ਸਬਜ਼ੀਆਂ ਜਿਹੜੀਆਂ ਨੇ ਉਹ ਸਹੀ ਪ੍ਰੋਫਿਟ ਦੇਣਗੀਆਂ ਜਿਹੜੀਆਂ ਅਸੀਂ ਲਗਾਈਏ, ਔਰ ਕਿਹੜੀਆਂ ਨਹੀਂ ਸਹੀ ਰਹਿਣੀਆਂ, ਚਲੋ ਉਹ ਬੰਦਾ ਨਾ ਲਗਾਵੇ। ਠੀਕ ਹੈ, ਅੱਠ ਕਿੱਲੇ ਦੇ ਵਿੱਚ ਜਿਹੜਾ ਨਾ ਸਰ ਸਬਜ਼ੀ ਅਸਾਂ ਕਾਸ਼ਤ ਕੀਤੀ ਹੈ ਸਾਰੀ। ਅਤੇ ਇੱਥੇ ਅਸੀਂ ਸਾਰੀਆਂ ਬੇਮੌਸਮੀਆਂ ਸਬਜ਼ੀਆਂ ਉਗਾਈਆਂ ਨੇ।